ਦੋਸਤੋ, ਮੈਂ ਗਿਆ ਲੁਧਿਆਣੇ ਅਤੇ ਮੈਂ ਤੁਹਾਨੂੰ ਅੱਜ ਮਿਲਾਉਣਾ ਪੰਜਾਬ ਦੀ ਮਹਾਨ ਗਾਇਕਾ ਬੀਬਾ ਰਣਜੀਤ ਕੌਰ ਜੀ ਦੇ ਨਾਲ। ਇਹ ਹੈਗਾ ਜੇ ਇੰਦਰਾ ਨਗਰ ਲੁਧਿਆਣਾ, ਅਤੇ ਇਹ ਹੈਗਾ ਬੀਬਾ ਰਣਜੀਤ ਕੌਰ ਜੀ ਦਾ ਘਰ, ਅਤੇ ਤੁਹਾਨੂੰ ਬੀਬਾ ਰਣਜੀਤ ਕੌਰ ਜੀ ਦੇ ਨਾਲ ਮਿਲਾਉਣਾ। ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਸਾਰੇ ਦੋਸਤਾਂ ਨੂੰ। ਮੈਂ ਹੈਪੀ ਰਣਦੇਵ ਅਤੇ ਹਾਜ਼ਰ ਹਾਂ ਤੁਹਾਡਾ ਮਨਪਸੰਦ ਪ੍ਰੋਗਰਾਮ ਲੈ ਕੇ, ਜਿਸਦਾ ਨਾਮ ਹੈ ਹੀਰੇ ਪੰਜਾਬ ਦੇ। ਚੁਣ ਚੁਣ ਕੇ ਹੀਰੇ ਤੁਹਾਡੀ ਕਚਹਿਰੀ ਦੇ ਵਿੱਚ ਅਸੀਂ ਪੇਸ਼ ਕਰਦੇ ਰਹਿੰਦੇ ਹਾਂ। ਤੁਹਾਡੀ ਮੁਹੱਬਤ, ਤੁਹਾਡਾ ਪਿਆਰ ਇੰਤਹਾ ਸਾਨੂੰ ਮਿਲਦਾ। ਸੋ ਅੱਜ ਇੱਕ ਬਹੁਤ ਹੀ ਮਹਾਨ ਰੂਹ ਨੂੰ ਤੁਹਾਡੇ ਮੈਂ ਰੂਬਰੂ ਕਰਨ ਲੱਗਾ। ਪੰਜਾਬੀ ਸੰਗੀਤ ਦੇ ਵਿੱਚ ਇੱਕ ਇਹੋ ਜਿਹਾ ਨਾਮ ਜਿਨ੍ਹਾਂ ਨੂੰ ਸੁਣ ਸੁਣ ਕੇ ਸਾਡੇ ਵਾਲੀ ਪੀੜ੍ਹੀ ਜਿਹੜੀ ਹੈ ਉਹ ਜਵਾਨ ਹੋਈ ਹੈ ਬਚਪਨ ਤੋਂ, ਜਿਹੜੇ ਬਹੁਤ ਲੰਬੇ ਅਰਸੇ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ, ਜਿਨ੍ਹਾਂ ਦੇ ਲੋਕ ਗੀਤ ਪੰਜਾਬ ਦੀਆਂ ਫਿਜ਼ਾਵਾਂ ਦੇ ਵਿੱਚ, ਹਵਾ ਦੇ ਵਿੱਚ ਮਹਿਕ ਦੇ ਵਾਂਗ, ਸੁਗੰਧੀ ਦੇ ਵਾਂਗ ਘੁਲੇ ਹੋਏ ਨੇ। ਅਤੇ ਮੈਂ ਤੁਹਾਨੂੰ ਮਿਲਾਉਣ ਲੱਗਾ ਪੰਜਾਬ ਦੀ ਕੋਇਲ, ਪੰਜਾਬ ਦੀ ਮਹਾਨ ਗਾਇਕਾ ਬੀਬਾ ਰਣਜੀਤ ਕੌਰ ਜੀ ਨਾਲ। ਅਤੇ ਆਓ ਮਿਲਦੇ ਹਾਂ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੋਰ ਸੁਣਾਓ ਭੈਣ ਜੀ, ਸਿਹਤ ਠੀਕ ਠਾਕ ਹੈ? ਠੀਕ ਹੈ ਸਿਹਤ ਠੀਕ ਹੈ। ਤੁਸੀਂ ਆਏ ਹੋ ਆਪਣਾ ਚੈਨਲ ਲੈ ਕੇ, ਔਰ ਪੰਜ ਆਪ ਜਿਹੜੀ ਤੁਹਾਡੀ ਵੈਲਫੇਅਰ ਸੋਸਾਇਟੀ ਬਣੀ ਹੈ ਜੀ ਜੀ, ਅਮੈਰੀਕਾ 'ਚੋਂ ਬਹਿ ਕੇ ਉਹ ਇੱਥੇ ਪੰਜਾਬ 'ਚ ਸਾਰਾ ਉਹਨਾਂ ਨੇ ਜਗਾੜ ਬੰਨਿਆ ਜੀ ਜੀ। ਸੋ ਮੈਂ ਅਮੈਰੀਕਾ 'ਚ ਬੈਠੇ ਆਪਣੇ ਭਾਈ ਮਨਜੀਤ ਸਿੰਘ ਜੀ ਹੋਰਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਤੁਹਾਨੂੰ, ਉਹਨਾਂ ਨੇ ਭੇਜਿਆ ਇੱਥੇ, ਔਰ ਉਹਨਾਂ ਦਾ ਬੇਟਾ ਵੀ ਇੱਥੇ ਮੇਰੇ ਕੋਲ ਹੀ ਬੈਠੇ ਹੈ। ਬਹੁਤ ਬਹੁਤ ਸ਼ੁਕਰੀਆ ਪੰਜਾਬ ਵੈਲਫੇਅਰ ਸੋਸਾਇਟੀ ਨੂੰ ਜੀ ਜੀ ਦਾ ਬਹੁਤ ਬਹੁਤ ਧੰਨਵਾਦ, ਜਿਹੜਾ ਮੇਰਾ ਹਾਲ ਪੁੱਛਣ ਆ ਗਏ ਹੀਰੇ ਪੰਜਾਬ ਦੇ ਵਿੱਚ। ਮੈਨੂੰ ਵੀ ਇੱਕ ਛੋਟਾ ਜਿਹਾ ਹੀਰਾ ਸਮਝ ਕੇ, ਛੋਟਾ ਜਿਹਾ ਨਹੀਂ ਜੀ, ਤੁਸੀਂ ਸਭ ਤੋਂ ਵੱਡੇ ਹੀਰੇ ਹੋ ਇਸ ਪੰਜਾਬੀ ਸੰਗੀਤ ਇੰਡਸਟਰੀ ਦੇ ਵਿੱਚ। ਪੰਜਾਬੀ ਦੇ ਨਾਲ ਨਾਲ ਮੈਂ ਕਹਾਂਗਾ ਇੰਡੀਅਨ ਸੰਗੀਤ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਹੋ ਤੁਸੀਂ, ਇੱਕ ਹਸਤਾਖਰ ਹੋ, ਕਿਉਂਕਿ ਤੁਹਾਡੇ ਹਿੰਦੀ ਗਾਣੇ ਜਿਹੜੇ ਤੁਸੀਂ ਫਿਲਮਾਂ 'ਚ ਗਾਏ ਨੇ ਉਹ ਵੀ ਉਨੇ ਹੀ ਪਾਪੂਲਰ ਨੇ ਜਿੰਨੇ ਤੁਹਾਡੇ ਪੰਜਾਬੀ ਗਾਣੇ ਪਾਪੂਲਰ ਨੇ। ਸੋ ਸਾਡੀ ਅੱਜ ਖੁਸ਼ਕਿਸਮਤੀ ਹੈ ਭੈਣ ਜੀ ਕਿ ਅਸੀਂ ਤੁਹਾਡੇ ਕੋਲ ਆਏ, ਔਰ ਤੁਸੀਂ ਸਾਨੂੰ ਟਾਈਮ ਦਿੱਤਾ ਹੈ, ਸਾਡੇ ਪ੍ਰੋਗਰਾਮ ਹੀਰੇ ਪੰਜਾਬ ਦੇ ਦੀ ਬੜੀ ਵੱਡੀ ਉਪਲਬਧੀ ਹੈ। ਹਾਂ ਨਹੀਂ, ਮੀਡੀਆ ਤਾਂ ਵੈਸੇ ਪੰਜਾਬੀਆਂ ਵਾਸਤੇ ਬਣਿਆ ਆਪਣਾ ਪੰਜਾਬ ਦਾ ਮੀਡੀਆ ਇਹ, ਅਤੇ ਸੋ ਧੰਨਵਾਦੀ ਹਾਂ ਮੈਂ ਆਪਣੇ ਪੰਜਾਬੀਆਂ ਦਾ ਜਿਹੜੇ ਸਾਡੇ ਵਰਗੇ ਆਰਟਿਸਟਾਂ ਨੂੰ ਯਾਦ ਰੱਖਦੇ ਆ, ਨਹੀਂ ਤਾਂ ਭੁੱਲ ਭੁਲਾ ਜਾਂਦੇ ਆ। ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਚੇ, ਔਰ ਭਾਈ ਮਨਜੀਤ ਸਿੰਘ ਹੋਰਾਂ ਦਾ ਤਾਂ ਬਹੁਤ ਹੀ ਧੰਨਵਾਦ ਹੈ ਜਿਨ੍ਹਾਂ ਦੇ ਮੈਨੂੰ ਜੀ ਜੀ ਵੱਡੇ ਮੈਂ ਬੇਟੇ ਉਹਨਾਂ ਦੇ ਨਾਲ ਆਏ ਤੁਹਾਡੇ। ਸੋ ਇਹਨਾਂ ਨੂੰ ਬਹੁਤ ਬਹੁਤ ਦਿਲੋਂ ਸਤਿਕਾਰ ਕਰਦੀ ਹਾਂ, ਔਰ ਜਿੱਥੇ ਵੀ ਬੈਠੇ ਹੈ ਮਹਾਰਾਜ ਉਹਨਾਂ ਨੂੰ ਚੜ੍ਹਦੀਆਂ ਕਲਾ 'ਚ ਰੱਖੇ ਦਾਤਾ। ਔਰ ਇਸ ਤਰ੍ਹਾਂ ਹੀ ਪੰਜਾਬੀ ਆਰਟਿਸਟਾਂ ਦੀ ਜੀ ਜੀ ਸੇਵਾ ਕਰਦੇ ਰਹਿਣ, ਕਾਫੀ ਸੇਵਾ ਨਹੀਂ ਉਹਨਾਂ ਦੀ, ਮਤਲਬ ਆਪਣਾ ਹੱਥ ਰੱਖਣਾ। ਬਿਲਕੁਲ ਜੀ ਬਿਲਕੁਲ, ਸੇਵਾ ਤੇ ਕਰਨ ਵਾਲਾ ਤੇ ਪਰਮਾਤਮਾ, ਬਸ ਕਿਸੇ ਨੂੰ ਜ਼ਰੀਆ ਬਣਾਉਂਦਾ ਜੀ ਉਹ, ਹੈ ਨਾ? ਹਾਂਜੀ ਹਾਂਜੀ, ਬਾਕੀ ਥੋੜੇ ਕਲਾਕਾਰਾਂ ਨਾਲ ਉਹ ਥੋੜੇ ਜ਼ਿਆਦਾ ਜੁੜੇ ਹੋਏ ਨੇ ਕਲਾਕਾਰਾਂ ਨੂੰ, ਮਤਲਬ ਤੇ ਬਾਕੀ ਤੇ ਵੈਸੇ ਆਮ ਕਾਫੀ ਹੋਰ ਪਬਲਿਕ ਦੇ ਵਾਸਤੇ ਵੀ ਸਾਡੀ ਸੋਸਾਇਟੀ ਸਾਰੇ ਹੀ ਹੈ, ਮਤਲਬ ਕਲਾਕਾਰਾਂ ਦਾ ਜ਼ਿਆਦਾ ਧਿਆਨ ਰੱਖਦੇ ਹਾਂ, ਜ਼ਿਆਦਾ ਰੱਖਿਆ ਕਰੋ ਧਿਆਨ। ਸੋ ਇਹ ਜੇ ਇਹਨਾਂ ਨੂੰ ਤੁਸੀਂ ਧਿਆਨ ਨਾ ਦਿੱਤਾ ਇੱਕ ਮਿਲਾ ਜਾਣਗੇ ਬਹੁਤ ਜਲਦੀ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਆਏ ਹੋ, ਅਤੇ ਸਾਰੀ ਤੁਹਾਡੀ ਵੈਲਫੇਅਰ ਸੋਸਾਇਟੀ ਆਈ ਹੈ, ਤੁਸੀਂ ਮੇਰੇ ਖਿਆਲ ਉਹਨਾਂ ਦੇ ਪ੍ਰਧਾਨ? ਹਾਂਜੀ ਹਾਂਜੀ, ਮੈਨੂੰ ਵਧੀਆ ਵਧੀਆ, ਇੱਕ ਨੂੰ ਤਾਂ ਪ੍ਰਧਾਨ ਬਣਨਾ ਹੀ ਪੈਂਦਾ। ਬਿਲਕੁਲ ਜੀ ਬਿਲਕੁਲ, ਉਹ ਤਾਂ ਟਾਈਮ 'ਤੇ ਕੱਢਣਾ ਹੀ ਪੈਂਦਾ। ਅਤੇ ਅੱਛਾ ਭੈਣ ਜੀ, ਸੋਸ਼ਲ ਮੀਡੀਆ 'ਤੇ ਪਿਛਲੇ ਦਿਨੀ ਤੁਹਾਡੀ ਇੰਟਰਵਿਊ ਦੇਖੀ ਸੀ, ਤੁਹਾਡੇ ਜਿਹੜੇ ਸਰੋਤੇ ਤੁਹਾਡੇ ਨਾਲ ਜੁੜੇ ਆ ਉਹ ਕਾਫੀ, ਹੈ ਨਾ, ਉਹ ਤੁਹਾਡੀ ਇੰਟਰਵਿਊ ਦੇਖ ਕੇ ਇਮੋਸ਼ਨਲ ਹੋਏ,
ਉਹ ਕੁਛ ਮੈਨੂੰ ਕੀ ਲੱਗ ਮੈਨੂੰ ਲੱਗਦਾ ਜਿੰਨਾ ਕਿਉਂਕਿ ਉੱਧਰ ਦਾ ਥੋੜ੍ਹਾ ਟਾਈਟਲ ਉਹਨਾਂ ਨੇ ਥੋੜ੍ਹਾ ਉਸ ਹਿਸਾਬ ਦੇ ਨਾਲ ਸੀਗਾ ਨਾ। ਤੁਸੀਂ ਜਿਹੜੀ ਰਿਕੁਐਸਟ ਕੀਤੀ ਸੀ ਮੀਡੀਆ ਨੂੰ, ਮੈਂ ਚਾਹੂੰਗਾ ਦੁਬਾਰਾ ਕਰੋ ਕਿ ਤੁਸੀਂ ਕਲਾਕਾਰਾਂ ਦੀ ਭਲਾਈ ਬਾਰੇ ਕੀ ਕਹਿਣਾ ਚਾਹੁੰਦੇ ਸੀਗੇ? ਕਲਾਕਾਰਾਂ ਦੀ ਭਲਾਈ ਇਹਦੇ 'ਚ ਵੀ ਉਹਨਾਂ ਦਾ ਖਿਆਲ ਰੱਖੋ ਜੀ, ਜਾਣਦਿਆਂ ਦੇ ਰਹੋ। ਤੁਹਾਡੀ ਸੁਸਾਇਟੀ ਬਹੁਤ ਵਧੀਆ ਵੈਲਫੇਅਰ ਸੁਸਾਇਟੀ ਹੈ, ਤਾਂ ਇਹ ਸੁਸਾਇਟੀ ਨੂੰ ਕਾਮਯਾਬੀ 'ਚ ਰੱਖਿਓ, ਚੜ੍ਹਦੀ ਕਲਾ 'ਚ ਰੱਖਿਓ, ਅਤੇ ਔਰ ਪਰਮਾਤਮਾ ਤੁਹਾਨੂੰ ਇੰਨਾ ਤੁਹਾਡਾ ਨਾਮ ਬਣਾਵੇ ਵੀ ਤੁਹਾਨੂੰ ਲੋਕ ਤੁਹਾਨੂੰ ਮਿਲਣ ਨੂੰ ਤਰਸਣ। ਮੈਂ ਤਾਂ ਇਹੀ ਦੁਆ ਕਰਦੀ ਹਾਂ, ਔਰ ਆਰਟਿਸਟਾਂ ਵੱਲ ਖਾਸ ਧਿਆਨ ਦਿਓ ਜੀ। ਜੀ ਮੈਂ ਉਹੀ ਭੈਣ ਜੀ ਮੈਂ ਉਹੀ ਬੇਨਤੀ ਕਰ ਰਿਹਾ ਸੀਗਾ ਤੁਹਾਨੂੰ, ਮੈਂ ਪੁੱਛਣਾ ਚਾਹੁੰਦਾ ਸੀਗਾ ਕਿ ਤੁਹਾਨੂੰ ਤੁਸੀਂ ਮਤਲਬ ਕਿਹਾ ਸੀਗਾ ਕਿ ਕਲਾਕਾਰਾਂ ਨੂੰ ਹੈਲਪ ਦੀ ਲੋੜ ਕਰਨੀ ਚਾਹੀਦੀ, ਗੌਰਮੈਂਟ ਨੂੰ ਕਰਨੀ ਚਾਹੀਦੀ, ਹੈ ਨਾ? ਤੁਸੀਂ ਗੌਰਮੈਂਟ ਨੂੰ ਅਪੀਲ ਕੀਤੀ? ਗੌਰਮੈਂਟਾਂ ਤਾਂ ਸੁਣਦੀਆਂ ਨਹੀਂ, ਪਤਾ ਨਹੀਂ ਹਾਂਜੀ ਇਸ ਮਾਮਲੇ 'ਚ। ਹਾਂਜੀ ਹਾਂਜੀ, ਅਤੇ ਹੁਣ ਤਾਂ ਤਕਰੀਬਨ ਮੈਂਬਰ ਪਾਰਲੀਮੈਂਟ ਵੀ ਸਾਡੇ ਆਰਟਿਸਟ ਹੀ ਹੈ ਕਾਫੀ ਹੈ। ਮੇਰੇ ਖਿਆਲ 'ਚ ਕਿਹਾ ਜਾਵੇ ਤਾਂ ਸਰਕਾਰ ਹੀ ਕਲਾਕਾਰਾਂ ਦੀ ਹੈ, ਕਲਾਕਾਰਾਂ ਦੀ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਬਹਾਦਰ, ਉਹਨਾਂ ਨੂੰ ਵੀ ਮੈਂ ਰਿਕੁਐਸਟ ਕੀਤੀ ਹੈ। ਹਾਂਜੀ ਹਾਂਜੀ, ਵੀ ਖਾਸ ਕਰ ਨਾ ਲੇਡੀਜ਼ ਆਰਟਿਸਟਾਂ ਦਾ ਖਿਆਲ ਰੱਖਣ ਜੀ। ਜੀ ਅਸੀਂ ਮਿਲਣ ਜਾਵਾਂਗੇ ਉਹਨਾਂ ਨੂੰ ਜੀ, ਅਤੇ ਮੇਰੇ ਨਾਲ ਬਹੁਤ ਕੁੜੀਆਂ ਜੁੜੀਆਂ ਜੀ ਜੀ, ਬਹੁਤ ਸਾਰੀਆਂ ਜੀ, ਅਤੇ ਜਾਵਾਂਗੇ, ਸਾਨੂੰ ਟਾਈਮ ਵੀ ਦੇਣ ਜੀ। ਹਾਂ ਬਿਲਕੁਲ, ਜਿਹੜੇ ਕਲਾਕਾਰ ਜਿਹੜੇ ਹੁਣ ਜਿਵੇਂ ਆਪਾਂ ਕਹੀਏ ਭੈਣ ਜੀ ਦੇ ਏਜ ਦੇ ਕਲਾਕਾਰ ਨੇ ਜਾਂ ਕੋਈ ਪੰਜਾਬੀ ਮਾਂ ਬੋਲੀ, ਪੰਜਾਬੀ ਮਾਂ ਬੋਲੀ ਤਾਂ ਕਰਦੇ ਆ ਸਾਰੇ ਜੀ, ਪਰ ਉਹਨਾਂ ਦਾ ਪੰਜਾਬੀ ਮਾਂ ਬੋਲੀ ਬੋਲਣ ਵਾਲਿਆਂ ਦਾ ਵੀ ਸਦਾ, ਹਾਂ ਉਹਨਾਂ ਲਈ ਕੀ ਕਰ ਰਹੇ ਹੋ, ਉਹਨਾਂ ਲਈ ਤੁਸੀਂ ਕੀ ਕਰ ਰਹੇ ਹੋ ਜੀ ਜੀ, ਅਤੇ ਇਹ ਥੋੜ੍ਹਾ ਜਿਹਾ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ, ਉਹਨਾਂ ਦੇ ਥੋੜ੍ਹੇ ਧਿਆਨ ਨਾਲ ਹੀ ਅਸੀਂ ਬਹੁਤ ਬਣ ਜਾਵਾਂਗੇ। ਇੱਕ ਭੈਣ ਜੀ ਮੇਰੇ ਦਿਮਾਗ 'ਚ ਸਵਾਲ ਆ ਰਿਹਾ ਕਿ ਤੁਸੀਂ ਫੋਰਨ 'ਚ ਵੀ ਕਾਫੀ ਘੁੰਮੇ ਹੋ, ਤਕਰੀਬਨ ਸਾਰੀ ਦੁਨੀਆ ਤੁਸੀਂ ਗਾਈ ਹੋਈ ਹੈ, ਕੋਈ ਫਰਕ ਹੈਗਾ ਇੰਡੀਆ ਦੇ ਵਿੱਚ ਬਾਹਰ ਦੇ ਮੁਲਕਾਂ 'ਚ, ਕੋਈ ਜ਼ਿਆਦਾ ਸਹੂਲਤਾਂ ਹੈਗੀਆਂ ਕਲਾਕਾਰਾਂ ਨੂੰ ਪੰਜਾਬ ਦੇ ਨਾਲੋਂ ਕਿ ਜਾਂ? ਜਿਹੜੇ ਉੱਥੋਂ ਦੇ ਆਰਟਿਸਟ ਆ ਉਹਨਾਂ ਦੇ, ਉਹਨਾਂ ਨੂੰ ਤਾਂ ਬਹੁਤ ਸਹੂਲਤਾਂ ਆ ਉਹਨਾਂ, ਮਤਲਬ ਗੌਰਮੈਂਟ ਦਿੰਦੀ ਆ ਉੱਥੋਂ ਦੀ? ਹਾਂਜੀ ਹਾਂਜੀ, ਅੱਛਾ ਉਹਨਾਂ ਤਾਂ ਬਹੁਤ ਸਹੂਲਤਾਂ ਆ ਉੱਥੋਂ ਦੀ ਗੌਰਮੈਂਟਾਂ, ਆਰਟਿਸਟਾਂ ਪੰਜਾਬੀਆਂ ਨੂੰ ਤਾਂ ਨਹੀਂ ਜੀ, ਉੱਥੋਂ ਉੱਥੇ ਆਪਣੇ ਸਾਰੇ ਪੰਜਾਬੀ ਇੱਕੋ ਜਿਹੇ ਹੀ ਹੈ, ਸਾਰੇ ਵਧੀਆ ਉੱਥੇ, ਜਿਹੜੇ ਉੱਥੋਂ ਦੇ ਆਰਟਿਸਟ ਵੀ ਉੱਥੇ ਹੁਣ ਰਹਿੰਦੇ ਕਾਫੀ, ਉਹ ਵੀ ਵਧੀਆ ਚੜ੍ਹਦੀ ਕਲਾ 'ਚ ਹੈ, ਔਰ ਇੱਥੋਂ ਦਾ ਜਿਹੜਾ ਸਿਸਟਮ ਹੈ ਨਾ ਸਾਡਾ ਬਹੁਤ ਵੀਕ ਹੈ ਇਸ ਮਾਮਲੇ 'ਚ ਜੀ ਜੀ ਜੀ। ਇਹੀ ਮੈਂ ਇਹੀ ਮੇਰਾ ਸਵਾਲ ਇਹੀ ਸੀਗਾ, ਮੇਰਾ ਸਵਾਲ ਇਹੀ ਸੀਗਾ ਕਿ ਇੱਥੇ ਸਰਕਾਰ ਨੂੰ ਜੋ ਕਰਨਾ ਚਾਹੀਦਾ ਉਹ ਨਹੀਂ ਕਰ ਰਹੀ ਹੈ, ਹਾਂ ਆਪਣੀ ਮਾਂ ਬੋਲੀ ਵਾਸਤੇ, ਮਾਂ ਬੋਲੀ ਲਈ ਜੋ ਵੀ ਕੰਮ, ਜਿਹੜਾ ਗਾ ਲਿਆ ਚੰਗਾ ਗਾਇਆ ਮੰਦਾ ਗਾਇਆ ਸਭ ਨੂੰ ਪਤਾ ਹੀ ਹੈ ਜੀ ਜੀ ਜੀ, ਠੀਕ ਹੈ। ਮਾਂ ਸਾਹਿਬ ਨੇ ਵੀ ਬਹੁਤ ਲਿਖੇ ਗੀਤ, ਹੋਰ ਵੀ ਸਾਡੇ ਬਾਪੜੇ ਵਾਲਾ ਬਾਂਸਲ ਅਤੇ ਆਪਣਾ ਜਨਕ ਸ਼ਰਮੀਲਾ, ਸਾਰੇ ਮੁੰਡਿਆਂ ਨੇ ਬਹੁਤ ਸੋਹਣੇ ਗਾਮੀ ਸੰਗਤ ਪੁਰੀ ਆ, ਇਹਨਾਂ ਨੇ ਵਧੀਆ ਗਾਣੇ ਲਿਖ ਕੇ ਸਾਨੂੰ ਦਿੱਤੇ। ਔਰ ਇੱਕ ਇੱਕ ਹੋਰ ਛੋਟਾ ਜਿਹਾ ਨਹੀਂ ਸਰ, ਖੈਰ ਰਾਈਟਰ ਤਾਂ ਸਾਰੇ ਵੱਡੇ ਹੁੰਦੇ, ਜਿਹਨਾਂ ਜਿਹੜੇ ਦਿਮਾਗ ਤੋਂ ਕੰਮ ਲੈਂਦੇ ਉਸ ਤਾਂ ਸਾਰੇ ਵੱਡੇ ਹੁੰਦੇ। ਹਾਂ ਮੈਂ ਰਾਈਟਰਾਂ ਦੀ ਬਹੁਤ ਇੱਜ਼ਤ ਕਰਦੀ ਹਾਂ ਜੀ ਜੀ ਜੀ, ਅਤੇ ਉਹ ਉਹ ਹੈਗਾ ਗੁਰਬੇਲ ਭੁੱਖਿਆਂ ਵਾਲੀ ਹੁੰਦਾ ਸੀ, ਹਾਂਜੀ ਹਾਂਜੀ ਸੀ, ਉਹਦੇ ਗਾਣੇ ਅਸੀਂ ਕਾਫੀ ਗਾਇਆ। ਮੈਂ ਇੱਕ ਦਿਨ ਦੇਖਾਂ, ਮੈਂ ਕਿਹਾ ਸੁਣਾ, ਮੈਂ ਕਿਹਾ ਉਹਦੇ ਕਿਹੜੇ ਕਿਹੜੇ ਗਾਣੇ ਗਾਏ, ਉਹਦੇ ਕਿੰਨੇ 30-40 ਗੀਤ ਹੈ ਉਹਦੇ ਰਿਕਾਰਡ ਕਰਾਏ ਅਸੀਂ ਜੀ ਇਕੱਲੇ ਦੇ। ਔਰ ਪਹਿਲਾਂ ਜਿਹੜਾ ਸਾਰਾ ਸਾਨੂੰ ਉਹਨੇ ਗੀਤ ਦਿੱਤਾ ਸੀ ਵਿਆਹ ਵਾਲੇ ਦਿਨ, ਵਿਆਹ ਵਾਲੇ ਮੇਰੇ ਖਿਆਲ
ਮੇਰੇ ਖਿਆਲ ਭੈਣ ਜੀ ਉਸ ਦੌਰ 'ਚ ਸੈਡ ਗੀਤ ਪਹਿਲਾਂ ਸੀਗਾ ਜਿਹੜਾ ਕਿਸੇ ਡਿਊਟ ਜੋੜੀ ਨੇ ਗਾਇਆ ਸੀ, ਹੈ ਨਾ? ਉਸ ਤੋਂ ਪਹਿਲਾਂ ਸੈਡ ਗਾਣਾ ਨਹੀਂ, ਸੈਡ ਕਿਸਮ ਦਾ ਤੁਹਾਡਾ ਉਹ ਗਾਣਾ ਸੀਗਾ ਬੜਾ ਸੀ। ਇਹਨੂੰ ਮਿਰਜ਼ਾ ਸਾਹਿਬਾਂ ਵਾਲਾ ਲਾ ਲਓ ਜਿੱਧਰ ਮਰਜ਼ੀ ਲਾ ਲਓ। ਹਾਂਜੀ ਹਾਂਜੀ, ਉਹ ਮਿਰਜ਼ਾ ਚਲਾ ਗਿਆ ਸੀਗਾ ਉਹਨੂੰ ਲੈਣ ਵਾਸਤੇ, ਇੱਥੇ ਸਾਹਿਬਾਂ ਨੇ ਆਪ ਕਰਤਾ ਸੀ ਗੱਲਬਾਤ। ਉਹ ਮਿਰਜ਼ੇ ਦਾ ਨਾਂ ਨਹੀਂ ਲਿਆ, ਉਹ ਮਤਲਬ ਬੜਾ ਤੁਹਾਡਾ ਸੁਪਰ ਹਿੱਟ ਸਾਰਾ ਹੋ ਗਈ। ਅੱਛਾ ਭੈਣ ਜੀ, ਹੁਣ ਕੁਦਰਤੀ ਬੈਠੇ ਆ, ਮੈਂ ਕੁਛ ਜੇ ਕਹੋ ਤੇ ਮੈਂ ਮਨ ਦੇ ਮੇਰੇ ਕੁਛ ਵੱਲ ਮੈਂ ਕਿਸੇ ਤੋਂ ਕੁਛ ਨੀ ਲੁਕਾਉਣਾ। ਨਹੀਂ ਨਹੀਂ ਉਹ ਨਹੀਂ, ਮੈਂ ਮਤਲਬ ਇਹ ਕਿਵਾਂਗੇ, ਮਤਲਬ ਉਹ ਦੌਰ ਜਿਹੜਾ ਤੁਸੀਂ ਜਦੋਂ ਤੁਸੀਂ ਸੋਲੋ ਗੀਤ ਗਾਉਣਾ ਸ਼ੁਰੂ ਕੀਤਾ, ਤੁਸੀਂ ਪਹਿਲਾਂ ਵੀ ਦੱਸਿਆ ਕਿ ਮਿੱਥ ਕੇ ਨਹੀਂ ਆਏ ਇਸ ਲਾਈਨ 'ਚ ਕਿ ਮੈਂ ਗਾਉਣਾ। ਹਾਂ ਨਹੀਂ ਨਹੀਂ, ਮਿੱਥ ਕੇ ਨਹੀਂ ਆਇਆ, ਹੈ ਨਾ? ਅਚਨਚੇਤ ਅਚਨਚੇਤ ਮੈਂ ਚੰਗੇ ਭਲੇ ਅਸੀਂ ਤਾਂ ਪਿੰਡ 'ਚ ਰਹਿੰਦੇ ਸੀ। ਹਾਂਜੀ ਹਾਂਜੀ, ਅਤੇ ਜਦੋਂ ਪਰਮਾਤਮਾ ਤੁਹਾਡੇ ਵੱਲ ਹੈ ਉਹ ਉੱਧਰ ਉੱਧਰ ਆਪੇ ਹੀ ਤੋਰੀ ਜਾਂਦਾ। ਵਾਹਿਗੁਰੂ ਸੱਚੇ ਪਾਤਸ਼ਾਹ ਜਿੱਧਰ ਨੂੰ ਕਿਸੇ ਦਾ ਹੋਵੇ ਨਾ ਗਾ, ਜਿੱਥੋਂ ਨਾਮ ਬਣਨਾ ਹੋਵੇ ਜਾਂ ਕੁਛ, ਪਰਮਾਤਮਾ ਆਪੇ ਹੀ ਰਾਹ ਦਿਖਾਈ ਜਾਂਦਾ ਹੁੰਦਾ, ਆਪੇ ਉੱਦਾਂ ਦੇ ਇਨਸਾਨ ਮਿਲ ਜਾਂਦੇ। ਜੀ ਜੀ ਹਾਂਜੀ, ਅਤੇ ਇਹ ਇੱਕ ਕੰਮ ਹੈ ਜਿਹੜਾ ਮਿੱਥ ਕੇ ਨਹੀਂ ਹੁੰਦਾ। ਆਪਾਂ ਹੋਰ ਸਾਰੇ ਕੰਮ ਮਿੱਥ ਕੇ ਕਰ ਲਾਂਗੇ, ਵੀ ਲਿਖਣ ਬਹਿ ਜਾਂਗੇ ਉਹ ਵੀ, ਪਰ ਇਹ ਵੀ ਜੇ ਦਿਮਾਗ ਹੋ ਗਿਆ ਤਾਂ ਹੀ ਲਿਖਾ ਲਿਖਦਾ ਕੋਈ। ਸੋ ਇਹ ਬਹੁਤ ਸੁਖਮ ਹੈਗਾ ਕੰਮ, ਇਹਨੂੰ ਬੜੇ ਪਿਆਰ ਨਾਲ ਕਰਨਾ ਪੈਂਦਾ, ਔਰ ਸਭ ਕੁਛ ਆਪਣਾ ਭੁੱਲ ਭੁਲਾ ਕੇ ਇੱਕ, ਜੇ ਤੁਸੀਂ ਆਪਣੇ ਸਰੋਤਿਆਂ ਨੂੰ ਆਪਣੇ ਨਾਲ ਲਾਉਣਾ ਰਲਾਉਣਾ, ਉਹ ਤੁਹਾਨੂੰ ਕਈ ਵਾਰੀ ਕੁਰਬਾਨੀ ਵੀ ਦੇਣੀ ਪੈਂਦੀ, ਕੁਰਬਾਨੀ ਵੀ ਦੇਣੀ ਪੈਂਦੀ। ਬਿਲਕੁਲ, ਉਹ ਮੈਂ ਦਿੱਤੀ ਹੈ। ਬਿਲਕੁਲ ਜੀ ਬਿਲਕੁਲ, ਮੈਂ ਸੋਚਿਆ ਨਹੀਂ ਉਹ ਆਹ ਕਰੋ ਉਹ ਕਰੋ, ਘਰੇਲੂ ਤਾਂ ਬਣਨ ਦੀ ਮੈਂ ਹੁਣ ਵੀ ਮੈਂ ਮੁੰਡਿਆਂ ਵਰਗੀ ਹੋਈ ਹਾਂ। ਤੁਸੀਂ ਆਪਣਾ ਜੀਵਨ ਹੁਣ ਕਈ ਵਾਰੀ ਨਾ ਜੀ ਜੀ ਆਹ ਗੋਲੀਆਂ ਗੋਲੀਆਂ ਖਾਂਦੇ ਆ, ਕਿਹੜੀਆਂ ਬੀ ਪੀ ਦੀਆਂ ਆ ਜੀ, ਪਤਾ ਨਹੀਂ ਕੀ ਹੋ ਗਿਆ ਆ, ਯੂਰਿਕ ਐਸਿਡ ਹੈ ਫਲਾਣਾ ਟਿੰਕਾ ਆ, ਹਾਰਟ ਦੀਆਂ, ਉਹਨਾਂ ਕਰਕੇ ਥੋੜ੍ਹੀ ਜਿਹੀ ਕਮਜ਼ੋਰੀ ਆ ਗਈ ਹੈ। ਜੀ ਜੀ, ਅਤੇ ਬਾਕੀ ਐਸ ਉਸ ਕਰਕੇ ਮੇਰੇ ਥੋੜ੍ਹੇ ਹੰਝੂ ਨਿਕਲ ਜਾਂਦੇ, ਹੋਰ ਮੈਂ ਠੀਕ ਹਾਂ। ਰੱਬ 'ਤੇ ਕੋਈ ਗਿਲਾ ਨਹੀਂ, ਮੈਨੂੰ ਆਪਣੇ ਸਰੋਤਿਆਂ 'ਤੇ ਕੋਈ ਗਿਲਾ ਨਹੀਂ, ਪੁੱਛਦੇ ਵੀ ਆ, ਇੱਜ਼ਤ ਵੀ ਕਰਦੇ ਆ, ਮੈਨੇ ਜੋਗੀ ਹੈ ਨਹੀਂ ਸੀ ਜਿਹਨੇ। ਜੀ ਜੀ, ਵਾਹਿਗੁਰੂ ਨੇ ਅੱਜ ਵੀ ਲੋਕ ਤੁਹਾਨੂੰ ਮੇਰੇ ਖਿਆਲ ਰੋਜ਼ ਦੇ ਦੋ ਚਾਰ ਮਿਲਣ ਆਉਂਦੇ ਹੋਣਗੇ। ਹਾਂ, ਜਿਹਨੂੰ ਪਤਾ ਲੱਗ ਜਾਂਦਾ ਕਿ ਤੁਸੀਂ ਹੈਗੇ ਹੋ ਇੱਥੇ ਅਵੇਲੇਬਲ ਹੋ। ਹਾਂਜੀ ਹਾਂਜੀ, ਕਿਉਂਕਿ ਮੈਂ ਲਗਭਗ 5-7 ਸਾਲ ਤੋਂ ਤੇ ਮੈਂ ਹੀ ਟਰਾਈ ਕਰ ਰਿਹਾ ਸੀ ਤੁਹਾਡੇ ਦਰਸ਼ਨ ਕਰਨ ਦੀ, ਤੇ ਤੁਸੀਂ ਅਕਸਰ ਬਾਹਰ ਹੁੰਦੇ ਸੀ। ਮੇਰਾ ਬ੍ਰਦਰ ਦੀ ਡੈਥ ਹੋ ਗਈ ਸੀ, ਉਹ ਹਾਂਜੀ ਮੁੰਡੇ ਨੂੰ ਅਡਾਪਟ ਕਰਕੇ ਨਾ ਮੈਂ ਉੱਥੇ ਛੱਡ ਕੇ ਆਈ ਹਾਂ। ਜੀ ਜੀ, ਉਦੋਂ ਉੱਦਾਂ ਨਹੀਂ ਤਾਂ ਬਹੁਤ ਪੈਸੇ ਲੱਗਣੇ ਸੀ, ਇੱਦਾਂ ਥੋੜ੍ਹੇ ਘੱਟ ਲੱਗੇ। ਕੁਰਬਾਨੀ ਤੇ ਭੈਣ ਜੀ, ਤੁਸੀਂ ਕੁਰਬਾਨੀ ਦੀ ਗੱਲ ਕੀਤੀ, ਕੁਰਬਾਨੀ ਤੇ ਚਲੋ ਤੁਸੀਂ ਨਹੀਂ, ਸਾਰੇ ਆਪਣੇ ਆਪਣੇ ਧੀਆਂ ਪੁੱਤਾਂ ਭੈਣ ਭਰਾ ਵਿੱਚ ਕਰਦੇ ਹੀ ਆ ਜੀ, ਬਿਲਕੁਲ ਕਰਦੇ ਆ, ਇਹ ਦੱਸਣ ਦੀ ਮੇਰੀ ਲੋੜ ਨਹੀਂ। ਹਾਂਜੀ ਜੀ ਭੈਣ ਜੀ, ਗਾਇਕੀ ਦੇ ਵਿੱਚ ਤੁਹਾਡੇ ਸੋਲੋ ਗੀਤ ਉਹਨਾਂ ਦਾ ਕੋਈ ਜਵਾਬ ਨਹੀਂ, ਤੁਹਾਡੇ ਡਿਊਟ ਗੀਤ ਕੋਈ ਜਵਾਬ ਨਹੀਂ, ਹਿੰਦੀ ਗੀਤ ਤੁਸੀਂ ਗਾਣੇ, ਕੋਈ ਤੁਹਾਡੇ ਕੋਈ ਤੁਹਾਡੇ ਦਿਮਾਗ 'ਚ ਆਉਂਦਾ ਕਿ ਨਹੀਂ ਮੈਂ ਇਹ ਕੁਛ ਹੋਰ ਗਾਉਣਾ ਸੀਗਾ ਖਾਸ ਜਿਹੜਾ ਤੁਹਾਡੇ ਕੇ? ਨਹੀਂ, ਮੈਂ ਇਹ ਚੀਜ਼ ਮੈਂ ਗਾਉਣੀ ਸੀਗੀ, ਉਹ ਰਹਿ ਗਈ ਕੋਈ। ਹੁਣ ਅੱਜ ਕੱਲ ਦਾ ਜਿਹੜਾ ਮਾਹੌਲ ਹੈ ਨਾ ਉਹਦੇ ਮੁਤਾਬਕ ਗਾਣਾ ਚਾਹੁੰਦੀ ਇੱਕ ਦੋ। ਅੱਛਾ, ਅੱਜ ਦੇ ਮਾਹੌਲ ਮੁਤਾਬਕ ਆਪਣੇ ਪਿੰਡਾਂ ਦੇ ਲੋਕ ਆਪਣੀ ਜ਼ਮੀਨਾਂ ਵੇਚ ਵੇਚ ਕਿਤੇ ਜਾਈ ਜਾਂਦੇ ਆ, ਬਾਹਰ ਜਾਈ ਜਾਂਦੇ ਆ, ਹਾਂ ਬਾਹਰਲੇ ਦੇਸ਼ਾਂ ਨੂੰ, ਆਪਣੇ ਇੱਥੇ ਘਰ ਇੰਨੇ ਇੰਨੇ ਸੋਹਣੇ ਬਣੇ ਹੋਏ ਛੱਡ ਕੇ ਉੱਥੇ, ਪਹਿਲਾਂ ਤਾਂ ਹੁਣ ਕਿਰਾਇਆ 'ਤੇ ਜਾਂਦੀਆਂ, ਇੰਨੀਆਂ ਆਪਣੀਆਂ ਪੜ੍ਹੀਆਂ ਲਿਖੀਆਂ ਕੁੜੀਆਂ, ਆਪਣੇ ਇੱਥੇ ਹੀ ਬੈਠ ਕੇ ਤੁਸੀਂ ਕੁਛ ਵੀ ਕਰ ਸਕਦੇ ਹੋ, ਕੁਛ ਵੀ ਕਰ ਸਕਦੇ ਹੋ। ਹਾਂ, ਪਰ ਥੋੜ੍ਹਾ ਜਿਹਾ ਗੌਰਮੈਂਟ ਨੂੰ ਚਾਹੀਦਾ
ਬੱਚਿਆਂ ਵੱਲ ਧਿਆਨ ਦੇਣ। ਬਿਲਕੁਲ, ਉਹਨਾਂ ਨੂੰ ਮੌਕੇ ਮਿਲਣ ਇੱਥੇ। ਸਾਰੇ ਆਪਣੇ ਹੀ ਆ, ਸਾਰੇ ਮੁੱਖ ਮੰਤਰੀ ਕੀ, MLA ਕੀ, ਮੈਂਬਰ ਪਾਰਲੀਮੈਂਟ ਵੀ ਪੰਜਾਬ 'ਚ ਜਿਹੜੇ ਜਾਂਦੇ ਆ, ਸਾਰੇ ਆਪਣੇ ਆ। ਇਹਨਾਂ ਨੂੰ ਥੋੜ੍ਹਾ ਜਿਹਾ ਸੋਚਣਾ ਚਾਹੀਦਾ ਵੀ ਇੱਧਰ ਧਿਆਨ ਦੇਣ ਔਰ ਖੇਤੀ ਵੱਲ ਪ੍ਰੇਰਿਤ ਕਰਨ। ਜੀ 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 ਜੀ, ਹਾਂ ਵੀ ਉੱਥੇ ਆਪਣੀ ਧਰਤੀ 'ਚੋਂ ਕੁਛ ਵੀ ਨਿਕਲੀ ਜਾਂਦਾ ਮਹਾਰਾਜ ਦੀ ਕਿਰਪਾ ਨਾਲ। ਇੱਥੇ ਬੰਦਾ ਭੁੱਖਾ ਨਹੀਂ ਮਰਦਾ। ਜੀ ਜੀ, ਬਹੁਤ ਹੈ ਹੁਣ, ਚਲੋ ਜੇ ਤਮੰਨਾ ਹੀ ਬਹੁਤ ਹੀ ਹੋਵੇ, ਲਗਜ਼ਰੀ ਕਾਰਾਂ ਰੱਖੋ, ਇਹ ਕਰੋ, ਆਪਣੇ ਲਿਮਿਟ 'ਚ ਰਹੋ ਤਾਂ ਕੁਛ ਵੀ ਨਹੀਂ ਹੁੰਦਾ। ਕੁਛ ਵੀ ਨਹੀਂ ਹੁੰਦਾ, ਹਾਂ, ਮਤਲਬ ਕੁਛ ਜ਼ਿਆਦਾ ਨਹੀਂ, ਰੋਟੀ ਪਾਣੀ ਬਣੀ ਜਾਂਦੀ ਹੈ। ਸੋ ਜੀ ਜੀ, ਮੈਂ ਤਾਂ ਇਹੀ ਕਹੂੰਗੀ, ਬੱਚਿਆਂ ਨੂੰ ਪੜ੍ਹਾ ਲਓ ਭਾਈ। ਅੱਛਾ ਭੈਣ ਜੀ, ਜਿਹੜੀ ਹੁਣ ਗਾਇਕੀ ਜਿਹੜੀ ਚੱਲ ਰਹੀ ਹੈ, ਕੀ ਇਹਦੇ ਬਾਰੇ ਮੈਂ ਤੁਹਾਡੇ ਕੋਲ ਜਾਣਨਾ ਚਾਹੂੰਗਾ, ਕੀ ਦੇਖ ਰਹੇ ਹੋ ਤੁਸੀਂ, ਕਿੱਦਾਂ ਦੀ ਗਾਇਕੀ ਹੁਣ, ਕੋਈ ਚੰਗੀ ਹੈਗੀ ਹੈ ਕਿ ਜਾਂ ਮਾੜਾ ਦੌਰ ਆ ਗਿਆ, ਕੀ ਇਹਨੂੰ ਕਿੱਦਾਂ ਨਾ ਮੰਨਦੇ ਹੋ ਤੁਸੀਂ? ਤੁਹਾਨੂੰ ਪਤਾ ਹੀ ਹੈ, ਤੂੰ ਮੈਂ ਤਾਂ ਘਵਾੜਾ ਚਾਹੁੰਦਾ। ਨਹੀਂ ਨਹੀਂ, ਪਤਾ ਹੀ ਹੈ, ਹਾਂਜੀ, ਗਾਇਕੀ ਚੰਗੀ ਹੈ, ਚੰਗੇ ਪਾਸੇ ਲੱਗੇ ਆ ਮੁੰਡੇ, ਵਧੀਆ, ਕੁੜੀਆਂ ਵੀ ਚੰਗੇ ਪਾਸੇ ਲੱਗੀਆਂ ਹੋਈਆਂ, ਕੰਮ ਮਾੜਾ ਨਹੀਂ ਗਾ, ਤੁਸੀਂ ਥੋੜ੍ਹਾ ਜਿਹਾ ਧਿਆਨ ਦਿਓ। ਇਹ ਕਹਿ ਲਓ ਗਾਇਕ ਵੱਧ ਗਿਆ ਅੱਗੇ ਨਾਲੋਂ, ਇੱਕ ਇਹ ਵੀ ਮੈਂ ਇਹ ਕਾਰਨ ਮੈਨੂੰ ਲੱਗਦਾ ਹੈ ਨਾ, ਕਿ ਤੁਹਾਡੇ ਦੌਰ 'ਚ ਤੁਸੀਂ ਸੀਗੇ ਜਾਂ ਤੁਹਾਡੇ ਉਦੋਂ ਨਾ ਜਦੋਂ ਅਸੀਂ ਸੀਗੇ ਉਦੋਂ ਇਸ ਕੰਮ ਨੂੰ ਚੰਗਾ ਨਹੀਂ ਸੀ ਸਮਝਦੇ। ਹਾਂਜੀ ਹਾਂਜੀ, ਫਿਰ ਮੈਂ ਗੱਲ ਕਰਦੀ ਹਾਂ, ਸਾਨੂੰ ਕਿੰਨਾ ਕੁਛ ਬੋਲ ਸੁਣਨੇ ਵੀ ਪਏ ਆ, ਅਸੀਂ ਕਹਿਣਾ ਚਾਹ ਬੋਲੀ ਜਾਓ, ਅਸੀਂ ਤਾਂ ਆਪਣਾ ਕੰਮ ਕਰਨਾ, ਠੀਕ ਹੈ ਨਾ, ਸਾਨੂੰ ਹੋਰ ਕੋਈ ਕੰਮ ਨਹੀਂ ਸੀ ਆਉਂਦਾ, ਨਾ ਹੀ ਅਸੀਂ ਇੰਨਾ ਪੜ੍ਹੇ ਵੀ, ਜੀ ਜੀ, ਕਿਤੇ ਟੀਚਰ ਲੱਗ ਜਾਈਏ, ਕਿਤੇ ਪ੍ਰੋਫੈਸਰ ਲੱਗ ਜਾਈਏ, ਕਿਤੇ ਕੁਛ ਵੀ ਕਰਦੇ। ਜੀ ਜੀ, ਅਤੇ ਬਾਕੀ ਛੋਟੀ ਜਿਹੀ ਮੈਨੂੰ ਵੀ ਬੋਝ ਪੈ ਗਿਆ ਸੀ। ਜੀ ਜੀ, 14-15 ਸਾਲ ਦੀ ਸੀ ਮੈਂ ਜਦੋਂ ਇਸ ਲਾਈਨ 'ਚ ਆ ਗਈ। ਹੁਣ ਨਾ ਥੋੜ੍ਹਾ ਜਿਹਾ ਸਟੇਜ 'ਤੇ ਨਾ ਡਾਂਸ ਪ੍ਰਦਰਸ਼ਨ ਜ਼ਿਆਦਾ ਹੋ ਗਿਆ, ਡਾਂਸ ਜ਼ਿਆਦਾ ਹੋ ਗਿਆ। ਹਾਂਜੀ ਹਾਂ, ਅਤੇ ਗਾਉਂਦੀਆਂ ਬਾਵਾਂ ਇਕੱਲੀਆਂ ਹੀ ਆ, ਪਰ ਪਿੱਛੇ 5-4 ਜਣੇ ਸਪੋਰਟਰ ਹੁੰਦੇ ਆ। ਸਾਡੀ ਵਾਰੀ ਤਾਂ 2 ਜਣੇ, ਜੇ ਸਾਡੇ ਕੋਲ ਕੇ ਕੋਈ ਆ ਕੇ ਖੜ ਵੀ ਜਾਂਦਾ ਸੀ ਨਾ ਪਿੱਛੇ, ਚੱਲ ਘਰ ਦਾ ਕੇ ਬੰਦਾ, ਸਾਨੂੰ ਇਰੀਟੇਟ ਹੁੰਦੇ ਸੀ ਅਸੀਂ ਵੀ, ਇਹ ਨਾ ਸਟੇਜ 'ਤੇ ਆਵੇ ਕੋਈ, ਅਸੀਂ ਸਾਹਮਣੇ ਸੁਧੜਾਈਏ। ਹੁਣ ਅਗਲੇ ਕਹਿੰਦੇ ਨੱਚੋ ਪਹਿਲਾਂ ਨੱਚੋ, ਨਾਲ 5-7 ਹੋਰ ਨੱਚੋ, ਨਾਲ ਆ ਵੀ ਨੱਚੀ ਜਾਣਗੀਆਂ, ਸਾਡਾ ਨੱਚਣ ਦਾ ਕੰਮ ਨਹੀਂ ਵੈਸੇ, ਸੋਰੀ। ਮੈਂ ਉਹੀ, ਮੇਰੀਆਂ ਛੋਟੀਆਂ ਬੱਚੀਆਂ ਹੈਗੀਆਂ, ਮੈਂ ਤੋਂ ਸਾਰੀਆਂ ਸਿਆਣੀਆਂ ਪੜ੍ਹੀਆਂ ਲਿਖੀਆਂ ਵੀ ਹੈ, ਨੱਚਣ ਦਾ ਕੰਮ ਨਹੀਂ ਸਾਡਾ, ਇੱਕ ਪਿਆਰ ਨਾਲ ਤੁਹਾਡੇ 'ਚ ਇੰਨੀ ਪਾਵਰ ਹੋਣੀ ਚਾਹੀਦੀ, ਤੁਸੀਂ ਆਪਣੇ ਐਕਸਪ੍ਰੈਸ਼ਨ ਨਾਲ ਵੀ ਤੁਸੀਂ ਸਾਂਭ ਸਕਦੀਆਂ ਸਾਹਮਣੇ ਵਾਲੇ ਨੂੰ। ਉਹ ਦੌਰ 'ਤੇ ਭੈਣ ਜੀ, ਤੁਹਾਡੇ ਵਾਲਾ ਦੌਰ 'ਤੇ, ਕਿਉਂਕਿ ਤੁਹਾਡੇ ਦੌਰ ਦੇ ਵਿੱਚ ਇੱਕ ਮਾਈਕ ਹੁੰਦਾ ਸੀ, ਇੱਕ ਹੀ ਸਪੀਕਰ ਆਉਂਦਾ ਸੀ, ਉਹ ਵੀ ਇੰਨੀ ਦੂਰ ਤੋਂ ਤੁਸੀਂ ਗਾਉਂਦੇ ਸੀ, ਹੈਨਾ, ਹੁਣ ਇੰਨਾ ਇੰਨਾ ਵੱਡਾ ਵੱਡਾ ਸਾਊਂਡ ਲਾ ਕੇ ਅਤੇ ਗੱਲ ਫਿਰ ਨਹੀਂ ਬਣਦੀ। ਹਾਂ, ਕਲੀਅਰ ਵੀ ਨਹੀਂ ਲੱਗਦੀ, ਹੈ ਨਾ, ਕਲੀਅਰ ਆਵਾਜ਼ ਨਹੀਂ ਲੱਗਦੀ, ਹਾਂ, ਸਮਝ ਨਹੀਂ ਲੱਗਦੀ। ਤੁਹਾਡੇ ਹੁਣ ਅਖਾੜੇ ਸੁਣੀ ਦੇ ਪੁਰਾਣੇ, ਜਿਵੇਂ ਹੁੰਦਲ ਸਾਹਿਬ ਨੇ ਪਾਏ ਸੀਗੇ ਉਹ ਵਿੱਚ, ਤੁਹਾਡੇ ਲਾਈਵ ਜਦੋਂ ਮੇਰੀ ਆਵਾਜ਼ ਥੋੜ੍ਹੀ ਬੈਠਣ ਲੱਗ ਗਈ ਸੀ ਨਾ, ਹਾਂਜੀ, ਅਤੇ ਉਦੋਂ ਫਿਰ ਮੈਨੂੰ ਲੱਗਿਆ ਵੀ ਮੇਰੀ ਆਵਾਜ਼ ਕੈਚ ਨਹੀਂ ਕਰਦੀ, ਫਿਰ ਉਸ ਤੋਂ ਬਾਅਦ ਮੈਨੂੰ ਡਾਕਟਰ ਨੇ ਕਿਹਾ ਵੀ ਤੁਸੀਂ ਬੰਦ ਕਰ ਦਿਓ, ਬੰਦ ਕਰ ਦਿਓ, ਅਤੇ ਵੀ ਜ਼ਿਆਦਾ ਨਾ ਕੁਛ ਹੋ ਜਾਵੇ ਗਲੇ 'ਚ। ਸਵਾਗਤ ਹੈ ਬ੍ਰੇਕ ਤੋਂ ਬਾਅਦ, ਅਤੇ ਅਸੀਂ ਬੈਠੇ ਹਾਂ ਜੀ ਪੰਜਾਬ ਦੀ ਸੁਪ੍ਰਸਿੱਧ ਗਾਇਕਾ ਬੀਬਾ ਰਣਜੀਤ ਕੌਰ ਜੀ ਦੇ ਕੋਲ, ਅਤੇ ਉਹਨਾਂ ਦੇ ਨਾਲ ਕੁਛ ਪਲ ਸਾਂਝੇ ਕਰ ਰਹੇ ਹਾਂ ਜਿਹੜੇ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਉਮੀਦ ਹੈ ਤੁਹਾਨੂੰ ਪਸੰਦ ਆਉਣਗੇ। ਅਤੇ ਭੈਣ ਜੀ, ਅੱਜ ਫਿਰ ਇੱਕ ਵਾਰੀ ਤੁਹਾਡਾ ਥੈਂਕ ਯੂ ਮੈਂ ਦੁਬਾਰਾ ਬ੍ਰੇਕ ਤੋਂ ਬਾਅਦ ਕਰਦਾ, ਤੁਸੀਂ ਸਾਨੂੰ ਥੋੜ੍ਹਾ ਜਿਹਾ ਟਾਈਮ ਦਿੱਤਾ, ਹੈ ਨਾ, ਨਹੀਂ ਇਹ ਤਾਂ ਫਰਜ਼ ਹੁੰਦਾ। ਹਾਂਜੀ ਹਾਂਜੀ,
ਜਿਹੜੇ ਸਮਾਜਿਕ ਸੰਸਥਾਵਾਂ ਵਾ ਉਹਨਾਂ ਤੱਕ ਵੀ ਗੱਲ ਪਹੁੰਚੀ ਆ, ਤੁਸੀਂ ਕੀਤੀ ਕਿ ਚਲੋ ਤੁਹਾਡੇ 'ਤੇ ਪਰਮਾਤਮਾ ਦੀ ਪੂਰੀ ਕਿਰਪਾ ਹੈ ਨਾ, ਤੁਸੀਂ ਦੂਸਰੇ ਕਲਾਕਾਰਾਂ ਬਾਰੇ ਕੀਤੀ ਸੀ, ਉਹਦੇ ਬਾਰੇ ਉਹ ਦਰਸ਼ਕਾਂ ਨੂੰ ਕਲੀਅਰ ਕਰ ਦਿਓ ਵੀ ਮਤਲਬ ਜਿਹੜੀਆਂ ਸਮਾਜਿਕ ਸੇਵੀ ਸੰਸਥਾਵਾਂ ਵਾ ਸਰਕਾਰ ਨਹੀਂ ਵੀ ਕਰਦੀ ਅਤੇ ਕੀ ਕਰਨਾ ਚਾਹੀਦਾ ਉਹਨਾਂ ਨੂੰ ਉਹਦੇ ਬਾਰੇ ਕਲਾਕਾਰਾਂ ਬਾਰੇ? ਨਹੀਂ, ਜਿਹੜਾ ਹੁਣ ਤੁਸੀਂ ਵੈਲਫੇਅਰ ਸੁਸਾਇਟੀ ਤੁਹਾਡੀ ਆਈ ਹੈ, ਹਾਂਜੀ ਹਾਂਜੀ ਹਾਂ, ਇਹ ਬਹੁਤ ਬਹੁਤ ਧੰਨਵਾਦ, ਇਹਨਾਂ ਇਹਨਾਂ ਦੇ ਮਨ ਮਿਹਰ ਪਈ ਹੈ ਅਤੇ ਅਮੈਰੀਕਾ ਤੋਂ ਬੈਠੇ ਹਨ ਤੁਹਾਨੂੰ, ਜੀ ਜੀ ਜੀ, ਤੁਹਾਡੇ ਬਾਗਡੋਰ ਤੁਸੀਂ ਸੰਭਾਲੀ ਹੋਈ ਹੈ, ਉਹਨਾਂ ਦੇ ਬੇਟੇ ਬੈਠੇ ਪ੍ਰਿਤਪਾਲ ਜੀ ਜੀ ਜੀ, ਪ੍ਰਿਤਪਾਲ ਸਿੰਘ ਜੀ, ਇਹ ਸਾਰੀ ਟੀਮ ਆਈ ਹੈ, ਸਾਰੀ ਟੀਮ ਆਈ ਹੈ, ਰਵਿੰਦਰ ਸਿੰਘ ਜੀ, ਜਨ ਸਾਹਿਬ, ਰਾਜਾ ਮਰਖਾਈ ਸਾਹਿਬ ਪ੍ਰਸਿੱਧ ਗਾਇਕ ਜੀਰੇ ਤੋਂ, ਸ਼ਮਸ਼ੇਰ ਝੱਜ ਸਾਹਿਬ, ਦਿਲਬਾਗ ਹੁੰਦਲ ਜੀ, ਅਵਤਾਰ ਸਿੰਘ ਜੀ ਪਿੰਡਰ ਸਾਡੇ ਕੈਮਰਾਮੈਨ ਸਾਹਿਬ, ਸੋ ਇਹ ਸਾਰੀ ਟੀਮ ਅੱਜ ਤੁਹਾਡੇ ਦਰਸ਼ਨ ਕਰਨ ਵਾਸਤੇ ਆਈ ਸੀਗੀ। ਅਤੇ ਭੈਣ ਜੀ, ਹੁਣ ਲਾਸਟ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਸੀਂ ਕੁਛ ਤੁਹਾਨੂੰ ਤੁਹਾਡੇ 'ਤੇ ਮਹਾਰਾਜ ਦੀ ਕਿਰਪਾ, ਕੋਈ ਤੁਹਾਡੀ ਕੋਈ ਤੁਹਾਨੂੰ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੈ? ਨਹੀਂ, ਮਦਦ ਦੀ ਲੋੜ ਤਾਂ ਹਮੇਸ਼ਾ ਪੈਂਦੀ ਰਹੀ ਜਿੰਨੀ ਦੇਰ ਇਨਸਾਨ ਜੀ ਜੀਂਦਾ। ਜੀ ਜੀ, ਮੈਂ ਤਾਂ 22 ਸਾਲ ਹੋ ਗਏ ਸਾਨੂੰ, ਮੇਰੀ ਪਾਰਟੀ ਟੁੱਟੀ ਨੂੰ, ਮੈਂ ਪ੍ਰੋਗਰਾਮ ਨਹੀਂ ਕੋਈ ਕੀਤਾ, ਹੋਇਆ ਕਿਤੇ 2 ਮਹੀਨਿਆਂ ਬਾਅਦ, 4 ਮਹੀਨਿਆਂ ਬਾਅਦ ਇੱਕ ਅੱਧਾ ਪ੍ਰੋਗਰਾਮ ਕਰ ਲਈ। ਜੀ ਜੀ ਜੀ, ਉਹਦੇ ਨਾਲ ਚਲੋ ਬੰਦਾ ਜਿੱਦਾਂ ਦਾ ਤੁਹਾਡੇ ਕੋਲ ਆਮਦਨ ਆ ਉਹਦੇ ਮੁਤਾਬਕ ਬੰਦਾ ਪੈਰ ਪਸਾਰਦਾ। ਹਾਂਜੀ, ਅਤੇ ਉਹ ਇੰਨੀ ਕੁ ਅਕਲ ਹੈਗੀ ਹੈ ਵੀ ਆ ਇੰਨਾ ਇੱਥੇ, ਹਾਂਜੀ ਹਾਂਜੀ, ਸੰਭਾਲਿਆ ਹੋਇਆ ਤੁਸੀਂ ਜੋ ਆਪਣਾ ਜ਼ਿੰਦਗੀ ਦੇ ਵਿੱਚ ਜ਼ਿੰਦਗੀ 'ਚ ਨਾਮ ਨਾਮਾ ਕਰਾਇਆ, ਇੰਨਾ ਪੈਰ ਵੀ ਨਹੀਂ ਸੀ ਅਸੀਂ ਉੱਚਾ ਚੱਕਿਆ ਵੀ ਹਾਂਜੀ ਵੀ ਬੁਢਾਪੇ 'ਚ ਔਖੇ ਹੋਈਏ। ਹਾਂ, ਵੀ ਇੰਨਾ ਵੀ ਨਹੀਂ ਪੈਰ, ਅਸੀਂ ਮੈਂ ਓਵਰ ਕਦੇ ਚੱਲੀ ਨਹੀਂ ਸੀ, ਸਾਨੂੰ ਨਾ ਦਾਲ ਰੋਟੀ ਚੱਜ ਦੀ ਮਿਲੀ ਜਾਵੇ ਬਸ ਉਹੀ ਠੀਕ ਹੈ। ਜੀ ਜੀ, ਔਰ ਹੋਰ ਸੰਸਥਾਵਾਂ ਦਾ ਜੇ ਜੀ ਜੀ, ਜੇ ਉਹਨਾਂ ਦਾ ਮਨ ਕਰਦਾ ਕਰ ਦਿਓ, ਨਹੀਂ ਕਰਦਾ ਨਾ ਕਰ। ਸੋ ਮੈਂ ਬੇਨਤੀ ਕਰੂੰਗਾ ਸਾਰੇ ਦੇਖਣ ਵਾਲੇ ਦਰਸ਼ਕਾਂ ਨੂੰ ਕਿ ਹਾਂ ਠੀਕ ਆ ਸੀ, ਜਿਹੜਾ ਬੰਦਾ ਤੰਦਰੁਸਤ ਆ ਕਮਾ ਵੀ ਲਊਗਾ ਮਾੜਾ ਮੋਟਾ। ਜੀ ਜੀ, ਅਤੇ ਬਸ ਇਹੀ ਹੈ ਵੀ ਮੈਨੂੰ ਬੁਲਾ ਲਿਆ ਕਰੋ ਤੁਸੀਂ ਆਪਣੇ ਫੰਕਸ਼ਨਾਂ 'ਤੇ, ਮੈਂ ਪੰਜਾਬ ਦੇ ਲੋਕਾਂ ਨੂੰ ਇਹੀ ਕਹੂੰਗੀ ਵੀ ਬੁਲਾ ਲਿਆ ਕਰੋ, ਜਿੰਨਾ ਵੀ ਮੈਂ ਆ ਜਾਇਆ ਕਰੂੰਗੀ। ਸੋ ਅਸੀਂ ਵੀ ਚੱਲਦੇ ਰਹੀਏ, ਤੁਸੀਂ ਵੀ ਚੱਲਦੇ ਰਹੋ, ਤੁਸੀਂ ਵੀ ਮੈਨੂੰ ਦੇਖਦੇ ਰਹੋ ਉੱਥੇ, ਜਿੰਨੀ ਦੇਰ ਜ਼ਿੰਦਗੀ ਪਰਮਾਤਮਾ ਨੇ ਦਿੱਤੀ ਹੈ ਅਤੇ ਮੈਂ ਵੀ ਤੁਹਾਨੂੰ ਦੇਖਦੀ ਰਹਾਂ। ਜੇ ਆਪਾਂ ਵਿਚਰਾਂਗੇ ਨਹੀਂ ਇੱਕ ਦੂਜੇ ਨਾਲ ਤਾਂ ਘਰ ਬੈਠੇ ਦਾ ਬਸ ਬੰਦਾ ਹੈ ਪੁਰਾਣੇ ਦਿਨ ਸੋਚ ਕੇ ਪਾਗਲ ਹੀ ਹੋ ਜਾਂਦਾ। ਮੈਂ ਹੋ ਗਈ ਸੀ ਪਿੱਛੇ ਜੇ, ਹੁਣ ਮੈਂ ਫਿਰ ਦਲੇਰੀ ਫੜ ਲਈ ਹੈ, ਮੈਂ ਕਹਿੰਦੀ ਐ ਨਹੀਂ ਸਰ ਨਾਲ ਰਣਜੀਤ ਕੌਰ ਵੀ ਆਪਣੇ ਮੈਨੂੰ ਪਿੰਡਾਂ 'ਚ ਜਾ ਕੇ ਅਤੇ ਮੈਂ ਜਿੰਨਾ ਕੋਈ ਮੈਨੂੰ ਕਰਦੇ ਆ ਨਾ ਮੈਂ ਲੈ ਕੇ ਚੱਲ ਜਾਂਦੀ ਹਾਂ, ਕਿਉਂ ਬਾਕੀ ਠੀਕ ਹੀ ਹੈ। ਅੱਜ ਭੈਣ ਜੀ ਦੇ ਕਹਿਣ ਦਾ ਮਤਲਬ ਮੈਂ ਸਮਝਿਆ ਕਿ ਹਾਂ ਸੰਤੁਸ਼ਟ ਨੇ ਜ਼ਿੰਦਗੀ ਤੋਂ, ਵਧੀਆ ਨੇ, ਬਾਕੀ ਪਿਆਰ ਜੋ ਉਹਨਾਂ ਦੇ ਕਹਿਣ ਦਾ, ਉਹਨਾਂ ਨੇ ਪਹਿਲੇ ਇੰਟਰਵਿਊ ਦੇ ਵਿੱਚ ਇਹੀ ਕਿਹਾ ਕਿ ਪਿਆਰ ਚਾਹੀਦਾ ਲੋਕਾਂ ਦਾ, ਪ੍ਰੋਗਰਾਮਾਂ ਦੇ ਵਿੱਚ ਵਿਚਰਨਾ ਚਾਹੁੰਦੇ ਨੇ, ਬੁਲਾਓ ਆਪਣੀਆਂ ਸੰਸਥਾਵਾਂ ਦਾ, ਜਿਹੜਾ ਕੋਈ ਪ੍ਰੋਗਰਾਮ ਹੈਗਾ ਤੁਹਾਡਾ ਉੱਥੇ ਵੀ ਮੈਨੂੰ ਬੁਲਾਓ। ਸੋ ਅੱਜ ਦੇ ਸਾਡੇ ਪ੍ਰੋਗਰਾਮ ਦਾ ਜਿਹੜਾ ਮੇਨ ਮਕਸਦ ਸੀ, ਮੈਂ ਇਹ ਸੰਦੇਸ਼ ਭੈਣ ਜੀ ਤੁਹਾਡੇ ਬਿਹਾਫ ਤੇ ਦੇਣਾ ਚਾਹੁੰਦਾ ਕਿ ਭੈਣ ਜੀ ਚੜ੍ਹਦੀ ਕਲਾ 'ਚ ਨੇ। ਹਾਂ, ਮੈਂ ਚੜ੍ਹਦੀ ਕਲਾ 'ਚ, ਚੜ੍ਹਦੀ ਕਲਾ 'ਚ ਨੇ, ਕੋਈ ਬਾਕੀ ਪਰਮਾਤਮਾ ਦੀ ਕਿਰਪਾ। 22 ਸਾਲ ਹੋ ਗਏ, ਹਾਂਜੀ ਹਾਂਜੀ, 2:30 'ਚ ਟੁੱਟੀ ਸੀ ਪਾਰਟੀ, ਪ੍ਰੋਗਰਾਮ ਨਹੀਂ ਮੈਂ ਕੀਤਾ ਜੀ, ਹੋਇਆ ਕਦੇ ਕੋਈ
ਤੇ ਤੁਸੀਂ ਹੁਣ ਤੁਸੀਂ ਦੱਸੋ ਇੱਕ ਦਿਹਾੜੀ ਮਾਰ ਜਾਣਾ ਤੁਹਾਡਾ ਸਾਰਾ ਸਿਸਟਮ ਪਿੱਛੇ ਹੋ ਜਾਣਾ। ਹਾਂ ਉਹ ਤੇ ਹੈ ਹੀ ਹੈ। ਹੈ ਸਾਰੇ ਸਾਰਾ ਦੇਸ਼ ਸਾਰੇ ਪੰਜਾਬੀ ਜਿੱਥੇ ਵੀ ਦੁਨੀਆਂ 'ਚ ਬੈਠੇ ਤੁਹਾਡੇ ਨਾਲ ਖੜੇ ਆ। ਸੋ ਇੱਕ ਵਾਰੀ ਫੇਰ ਬੇਨਤੀ ਕਿ ਮੈਂ ਸਾਰੇ ਪੰਜਾਬੀਆਂ ਦਾ ਜਿੰਨੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਆ ਕਈ ਕਈ ਮੇਰੇ ਸੱਜਣ ਮਿੱਤਰ ਹੈਗੇ ਆ ਜੀ, ਮੇਰੇ ਮੈਨੂੰ ਆਪਣੀ ਮਾਂ ਵਾਂਗੂ ਸਮਝਦੇ ਆ, ਆਪਣੀ ਵੱਡੀ ਭੈਣ ਵਾਂਗੂ ਸਮਝਦੇ ਆ। ਸੋ ਇੱਕ ਆਪਣੀ ਪੰਜਾਬ ਦੀ ਇੱਕ ਵੀ ਹੈਗੀ ਆ ਕੋਈ ਸਾਡੀ ਪੰਜਾਬ ਨੂੰ ਦੇ ਗੀਤਾਂ ਨੂੰ ਗਾਇਆ, ਪੰਜਾਬੀ ਮਾਂ ਬੋਲੀ ਨੂੰ ਗਾਇਆ, ਮੈਨੂੰ ਸਮਝਦੇ, ਮੈਨੂੰ ਆਪਣੀ ਸਮਝਦੇ, ਮੈਂ ਵੀ ਉਹਨਾਂ ਨੂੰ ਆਪਣਾ ਹੀ ਸਮਝਦੀ। ਮੈਨੂੰ ਕੋਈ ਉੱਪਰਾ ਪੁਰਾਇਆ ਨਹੀਂ ਲੱਗਦਾ ਵੀ ਆ ਉੱਪਰਾ ਮੁੰਡਾ ਬਜ਼ੁਰਗ ਉੱਪਰ ਆ ਜਾਂ ਕੀ ਸਾਡਾ ਸਾਰੇ ਪੰਜਾਬੀ ਤੁਹਾਡੇ ਨੇ ਜੀ, ਤੁਹਾਨੂੰ ਬਹੁਤ ਪਿਆਰ ਕਰਦੇ। ਮੈਨੂੰ ਐਂ ਹੀ ਲੱਗਦਾ ਹੁੰਦਾ ਮੈਂ ਇਹਨਾਂ ਵਾਸਤੇ ਬਣੀ ਹੈ, ਇਹ ਮੇਰੇ ਵਾਸਤੇ ਬਣੇ ਹੈ। ਸੋ ਵਧੀਆ ਤੁਸੀਂ ਵੀ ਕੰਮ ਕਰਦੇ ਰਹੋ ਆਪਣੀ ਸੁਸਾਇਟੀ ਵੱਲੋਂ, ਹੋਰ ਸੁਸਾਇਟੀਆਂ ਨੂੰ ਵੀ ਮੱਥ ਦਿਓ ਤੁਸੀਂ। ਮੈਂ ਤਾਂ ਇਹੀ ਮੇਰੀ ਅਰਦਾਸ ਹੈ ਵਾਹਿਗੁਰੂ ਅੱਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।